ਤੁਸੀਂ ਚੱਕ ਤੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਖਬਰ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨੂੰ ਲੈ ਕੇ ਹੈ ਤੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿਸ ਦੇ ਮਨ ਵਿੱਚ ਖੁਸ਼ੀ ਹੈ ਤੇ ਕਿਸ ਦੇ ਮਨ ਵਿੱਚ ਗਮ ਹੈ ਇਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਉਂਕਿ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸਿਰਫ ਸੋਸ਼ਲ ਮੀਡੀਆ ਦੀ ਕਰਨ ਜਾ ਰਹੇ ਹਾਂ ਖਾਸ ਤੌਰ ਤੇ ਟਵਿੱਟਰ ਦੀ ਗੱਲ ਕਰ ਰਹੇ ਹਾਂ ਫੇਸਬੁੱਕ ਦੀ ਗੱਲ ਕਰ ਰਹੇ ਹਾਂ ਜਾਂ ਫਿਰ ਹੋਰ ਜਿਹੜੇ ਪਬਲਿਕ ਮਾਧਿਅਮ ਆ ਜਿੱਤੇ ਜਾ ਕੇ ਲੋਕ ਆਪਣੀ ਜਿਹੜੇ ਵਿਚਾਰ ਰੱਖ ਸਕਦੇ ਨੇ ਉੱਥੇ ਕਿਸ ਕਿਸ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਹੈ ਤੇ ਕਿੰਨੇ ਕਿੰਨੇ ਚੁੱਪੀ ਵੱਟੀ ਰੱਖੀ ਹੈ ਹੁਣ ਤੱਕ ਕੋਈ ਵੀ ਟਵੀਟ ਨਹੀਂ ਕੀਤਾ ਤੇ ਕਿੰਨੇ ਕੰਟਰੋਵਰਸ਼ੀਅਲ ਟਵੀਟ ਕੀਤਾ ਆ ਕਿੰਨੇ ਹੋਰ ਟਵੀਟ ਕੀਤਾ ਉਹ ਵੀ ਸਾਰਾ ਕੁਝ ਦੱਸਾਂਗੇ ਪਰ ਸਭ ਤੋਂ ਪਹਿਲਾਂ ਗੱਲ ਉਹਨਾਂ ਦੀ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੇ ਖੁਸ਼ੀ ਜ਼ਾਹਿਰ ਕੀਤੀ ਹੈ ਉਹਨਾਂ ਦੀ ਗੱਲ ਕੀਤੀ ਜਾਵੇ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਉਹਨਾਂ ਨੇ ਟਵੀਟ ਰਾਹੀਂ ਖੁਸ਼ੀ ਜ਼ਾਹਿਰ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਉਹ ਦਿਨ ਆ ਗਿਆ ਜਿਸ ਦਾ ਸਾਰੇ ਪੰਜਾਬ ਨੂੰ ਇੰਤਜ਼ਾਰ ਸੀ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਗੱਲ ਕੀਤੀ ਜਾਵੇ ਕੁਲਬੀਰ ਜੀਰਾ ਦੀ ਤਾਂ ਉਹਨਾਂ ਵੀ ਵਧਾਈ ਦਿੱਤੀ ਹੈ ਉਹਨਾਂ ਨੇ ਵੀ ਸੇਮ ਜੋ ਵਰਡਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੈ ਉਹੀ ਵਰਡਿੰਗ ਜਿਹੜੀ ਹੈ ਉਹ ਕੁਲਬੀਰ ਜੀਰਾ ਦੀ ਹੈ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਹਰਮਿੰਦਰ ਗਿੱਲ ਦੀ ਤਾਂ ਹਰਮਿੰਦਰ ਗਿੱਲ ਨੇ ਵੀ ਟਵੀਟ ਕੀਤਾ ਹੈ ਪਰ ਉਹ ਅਸੀਂ ਤੁਹਾਨੂੰ ਬਾਅਦ 'ਚ ਦੱਸਾਂਗੇ ਕਿਉਂਕਿ ਉਹਨਾਂ ਨੇ ਟਵੀਟ ਦੇ ਨਾਲ ਜਿੱਥੇ ਇੱਕ ਪਾਸੇ ਕਿਹਾ ਕਿ ਕਾਂਗਰਸ ਦੀ ਅਗਵਾਈ ਜਿਹੜੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਿੱਧੂ ਅਤੇ ਕੈਪਟਨ ਦੀ ਜੋੜੀ ਕਰੇਗੀ ਉੱਥੇ ਉਹਨਾਂ ਨੇ ਇੱਕ ਬਹੁਤ ਲੰਮਾ ਚੌੜਾ ਮੈਸੇਜ ਵੀ ਛੱਡਿਆ ਸੁਖਪਾਲ ਖਹਿਰਾ ਦੀ ਵੀ ਗੱਲ ਕਰਾਂਗੇ ਉਹਨਾਂ ਨੇ ਵੀ ਵਧਾਈ ਜ਼ਰੂਰ ਦਿੱਤੀ ਹੈ ਪਰ ਤਰੀਕੇ ਨਾਲ ਦਿੱਤੀ ਹੈ ਉਹਨਾਂ ਦੀ ਵੀ ਗੱਲ ਕਰਾਂਗੇ ਸੋਨੀਆ ਗਾਂਧੀ ਨੇ ਵਧਾਈ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ ਹੈ ਵਧਾਈ ਨਵਜੋਤ ਸਿੰਘ ਸਿੱਧੂ ਨੂੰ ਤੇ ਜੇਕਰ ਗੱਲ ਕੀਤੀ ਜਾਵੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਉਹਨਾਂ ਨੇ ਵਧਾਈ ਦਿੱਤੀ ਹੈ ਤੇ ਨਾਲ ਹੀ ਪ੍ਰਗਟ ਸਿੰਘ ਨੇ ਵੀ ਵਧਾਈ ਦਿੱਤੀ ਹੈ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਡਾਕਟਰ ਅਮਰ ਸਿੰਘ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਾਏ ਜਾਣ ਤੇ ਖੁਸ਼ੀ ਜ਼ਾਹਿਰ ਕੀਤੀ ਹੈ ਹੁਣ ਗੱਲ ਉਹਨਾਂ ਦੀ ਜਿਹੜੇ ਚੁੱਪ ਰਹੇ ਨੇ ਹੁਣ ਤੱਕ ਕੋਈ ਟਵੀਟ ਨਹੀਂ ਆਇਆ ਸੁਨੀਲ ਜਾਖੜ ਨੇ ਹੁਣ ਤੱਕ ਕੋਈ ਟਵੀਟ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਕਿਤੇ ਵੀ ਉਹਨਾਂ ਨੇ ਖੁਸ਼ੀ ਜ਼ਾਹਿਰ ਨਹੀਂ ਕੀਤੀ ਇਹ ਗੱਲ ਅਸੀਂ ਤੁਹਾਨੂੰ ਸਿਰਫ ਟਵੀਟ ਦੀ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਦੀ ਕਿਸੇ ਨੇ ਪਰਸਨਲ ਇੰਟਰਵਿਊ ਕਿਸੇ ਚੈਨਲ ਨੂੰ ਦਿੰਦੇ ਹੋਏ ਜੇਕਰ ਕਿਸੇ ਨੇ ਖੁਸ਼ੀ ਗਮੀ ਜੋ ਵੀ ਜ਼ਾਹਿਰ ਕੀਤਾ ਉਸ ਦੀ ਗੱਲ ਨਹੀਂ ਅਸੀਂ ਕਰ ਰਹੇ ਸਿਰਫ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹਾਂ ਕਿਉਂਕਿ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਲੋਕ ਜ਼ਿਆਦਾ ਐਕਟਿਵ ਹੁੰਦੇ ਨੇ ਅਤੇ ਵਿਚਾਰ ਖੁੱਲ੍ਹੇ ਤੌਰ 'ਤੇ ਰੱਖੇ ਜਾਂਦੇ ਨੇ ਲਾਲ ਸਿੰਘ ਨੇ ਹੁਣ ਤੱਕ ਕੋਈ ਟਵੀਟ ਨਹੀਂ ਕੀਤਾ ਜੇਕਰ ਗੱਲ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੇ ਕਿ ਅਕਸਰ ਹੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਦੇ ਸੀਗੇ ਪਰ ਹੁਣ ਨਾਲ ਨੇ ਉਹਨਾਂ ਨੇ ਵੀ ਕੋਈ ਵਧਾਈ ਨਹੀਂ ਦਿੱਤੀ ਕੁਛ ਵੀ ਟਵੀਟ ਨਹੀਂ ਕੀਤਾ ਪ੍ਰਨੀਤ ਕੌਰ ਨੇ ਵੀ ਕੋਈ ਟਵੀਟ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਟਵੀਟ ਨਹੀਂ ਆਇਆ ਚੌਧਰੀ ਸੰਤੋਖ ਸਿੰਘ ਦਾ ਕੋਈ ਟਵੀਟ ਨਹੀਂ ਹੈ ਰਵਨੀਤ ਸਿੰਘ ਬਿੱਟੂ ਦਾ ਕੋਈ ਟਵੀਟ ਨਹੀਂ ਹੈ ਅਤੇ ਗੁਰਜੀਤ ਔਜਲਾ ਨੇ ਵੀ ਵਧਾਈ ਨਹੀਂ ਦਿੱਤੀ ਜੇਕਰ ਗੱਲ ਕੀਤੀ ਜਾਵੇ ਮਨੀਸ਼ ਤਿਵਾੜੀ ਦੀ ਤਾਂ ਉਹਨਾਂ ਨੇ ਵੀ ਹੁਣ ਤੱਕ ਕੋਈ ਟਵੀਟ ਨਹੀਂ ਕੀਤਾ ਅਤੇ ਡਾਕਟਰ ਰਾਜਕੁਮਾਰ ਵੇਰਕਾ ਜਿਹੜੇ ਅਕਸਰ ਹੀ ਕਦੇ ਦਿੱਲੀ ਦਾ ਚੱਕਰ ਲਾਉਂਦੇ ਸੀ ਕਦੇ ਪੰਜਾਬ ਦਾ ਚੱਕਰ ਲਾਉਂਦੇ ਸੀਗੇ ਉਹਨਾਂ ਨੇ ਵੀ ਕੋਈ ਟਵੀਟ ਨਹੀਂ ਕੀਤਾ ਜੇਕਰ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖਹਿਰਾ ਦੀ ਤਾਂ ਸੁਖਪਾਲ ਸਿੰਘ ਖਹਿਰਾ ਨੇ ਸਵਾਗਤ ਕੀਤਾ ਹੈ ਨਵਜੋਤ ਸਿੰਘ ਸਿੱਧੂ ਦੇ PCC ਪ੍ਰਧਾਨ ਬਣਾਏ ਜਾਣ ਦਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੀ ਉਹਨਾਂ ਦੀ ਟਸਲ ਚੱਲ ਰਹੀ ਸੀ ਉਹ ਹੁਣ ਸ਼ਾਂਤ ਹੋ ਜਾਵੇ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਸੌਫਟ ਨਜ਼ਰੀਏ ਦੇ ਨਾਲ ਕਾਂਗਰਸ ਵਿੱਚ ਕੰਮ ਕਰਨ ਅਤੇ ਕਾਂਗਰਸ ਨੂੰ ਮੁੜ ਉਸੇ ਜਗ੍ਹਾ 'ਤੇ ਲੈ ਕੇ ਆਉਣ ਜਿੱਥੇ ਕਾਂਗਰਸ ਜਿਸ ਲਈ ਜਾਣੀ ਜਾਂਦੀ ਸੀਗੀ ਉਹਨਾਂ ਕਿਹਾ ਕਿ ਪੰਜਾਬ ਦੇ ਬਰਨਿੰਗ ਇਸ਼ੂ ਜਿਵੇਂ ਕਿ ਬੇਅਦਬੀ ਦਾ ਮਾਮਲਾ ਹੋਵੇ ਬਹਿਬਲ ਕਲਾਂ ਦਾ ਮਾਮਲਾ ਹੋਵੇ ਉਹਨਾਂ ਕਿਹਾ ਕਿ ਇਹ ਸਾਰਿਆਂ ਨੂੰ ਲੈ ਕੇ ਕਾਂਗਰਸ ਜਿਹੜਾ ਉਹ ਰਿਜ਼ੋਲਵ ਕਰਨ 'ਤੇ ਕੰਮ ਕਰੇ ਜੇਕਰ ਗੱਲ ਕੀਤੀ ਜਾਵੇ ਹਰਮਿੰਦਰ ਗਿੱਲ ਦੀ ਤਾਂ ਉਹਨਾਂ ਵੀ ਬਹੁਤ ਵੱਡੀ ਸਲਾਹ ਦਿੱਤੀ ਹੈ ਹਰਮਿੰਦਰ ਗਿੱਲ ਨੇ ਜਦੋਂ ਟਵੀਟ ਕੀਤਾ ਤਾਂ ਉਹਨਾਂ ਟਵੀਟ ਵਿੱਚ ਆਪਣੇ ਲਿਖਿਆ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਭਵਿੱਖ ਲਈ ਅਤਿ ਜ਼ਰੂਰੀ ਹਨ ਸਨਮਾਨ ਦੇਣਾ ਬਣਦਾ ਹੈ ਪਰ ਦੇਸ਼ ਵਿੱਚ ਕਾਂਗਰਸ ਦੇ ਕੱਦਾਵਰ ਨੇਤਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣੇ ਰਾਜਸੀ ਸਫ਼ਰ ਦੌਰਾਨ ਯਾਦਗਾਰੀ ਮੀਲ ਪੱਥਰ ਗੱਡੇ ਹੋਣ ਜਿਸ ਨੇ ਸਾਕਾ ਨੀਲਾ ਤਾਰਾ ਸਾਕਾ ਬਲੈਕ ਥੰਡਰ ਸਮੇਂ ਅਸਤੀਫਾ ਦੇ ਕੇ ਸਖ਼ਤ ਵਿਰੋਧ ਕੀਤਾ ਹੋਵੇ 2002 ਤੋਂ 2007 ਤੱਕ ਸਰਕਾਰ ਚਲਾਉਂਦੇ ਸਮੇਂ ਟਰਮੀਨੇਸ਼ਨ ਆਫ ਵਾਟਰ ਐਕਟ ਜਿਹੇ ਲਾਸਾਨੀ ਕਾਨੂੰਨ ਲਿਆ ਕੇ ਪੰਜਾਬ ਦਾ ਪਾਣੀ ਬਚਾਇਆ ਹੋਵੇ ਆਪਣੇ ਕਾਰਜਕਾਲ ਦੌਰਾਨ ਕਿਸਾਨਾਂ ਦੀਆਂ ਫਸਲਾਂ ਨਾ ਰੁਲਣ ਦਿੱਤੀਆਂ ਹੋਣ ਜਿਸ ਬਦੌਲਤ ਕਾਂਗਰਸ ਨੇ 2017 ਵਿੱਚ ਰਿਕਾਰਡ ਬਹੁਮਤ ਹਾਸਲ ਕੀਤਾ ਹੋਵੇ ਜਿਸ ਨੇ 2019 ਦੀਆਂ ਪਾਰਲੀਮੈਂਟਰੀ ਚੋਣਾਂ ਸਮੇਂ ਮੋਦੀ ਲਹਿਰ ਨੂੰ ਪੰਜਾਬ ਦੀ ਦਹਿਲੀਜ਼ ਨਾ ਟੱਪਣ ਦਿੱਤੀ ਹੋਵੇ ਜਿਸ ਨੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਕੇ ਕਿਸਾਨੀ ਸੰਘਰਸ਼ ਜਾਨ ਫੂਕੀ ਹੋਵੇ ਜਿਸ ਦੀ ਉੱਚੀ ਸ਼ਖਸੀਅਤ ਨੂੰ ਨੀਵਾਂ ਦਿਖਾਉਣ ਲਈ ਵਿਰੋਧੀ ਅੱਡੀ ਚੋਟੀ ਦਾ ਜ਼ੋਰ ਲਾਈ ਬੈਠੇ ਹੋਣ
उसका भी सत्कार बहाल रखना बनता है। कैप्टन अमरिंदर सिंह जी और श्री नवजोत सिंह सिद्धू जी जोड़ी 2022 च कांग्रेस को फिर सत्ता विच लियाउण दी समर्था रखती है। ये हरमिंदर गिल ने ट्वीट की सोशल मीडिया से अपने फेसबुक पेज से जिहड़ी है वह पोस्ट पाई है तो उसके कैप्शन विच लिखा है। जेकर हरमिंदर गिल की गल की जाए, सुखपाल सिंह खैरा की गल की जाए, इन्हां ने एक सलाह भी नवजोत सिंह सिद्धू नूं दित्ती है, नाल दी नाल ही वधाइयां भी दित्तियां ने ते आउण वाला भविख जिहड़ा वा उस लई गाइड भी कीता है। हुण तुसीं देखिया कि नवजोत सिंह सिद्धू नूं प्रधान बनन तों बाद किसने वधाई दित्ती, किन्ने वधाई नहीं दित्ती, गल हरजोत कमल दी वी करांगे। उन्हां ने भी वधाई जिहड़ी है वह नवजोत सिंह सिद्धू नूं दित्ती है ते उन्हां दी भी गल कीती गई जिन्हां ने नवजोत सिंह सिद्धू नूं वधाई दे नाल नाल सलाह भी दित्ती है ते पंजाब दे विच कांग्रेस दे भविख दी चिंता कीती है। फिलहाल इस तरह की अपडेट लई बने रहो झट टीवी दे नाल। चमत्कार हुंदे ने देखो अपनियां अक्खां सामने, 3 घंटे च हर परेशानी दा हल पाओ। 7 इलमां दे माहिर दिवानशु जोशी, मेरे किते नूं कोई कट नहीं सकदा, कट्टन वाले नूं मूँह मंगिया इनाम। परेशानी जिवें मनचाहा प्यार, पति पत्नी चनबण, काले जादू दा खात्मा, बीमारी दवा ना लगना, वशीकरण करवाओ, जिसनू चाहे उसनू अपने वश च करो।